ਸੀ ਕਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਕਿ ਸਾਡੇ ਲਈ ਚੀਨੀ ਬੈਸਟ ਹੈ ਜਾਂ ਗੋੜ ਅਸੀਂ ਚੀਨੀ ਲਈਏ ਜਾਂ ਗੋੜ ਇਸ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਆਪਣੀਆਂ ਸਾਰੀਆਂ ਗੱਲਾਂ ਦਾ ਜਵਾਬ ਮਿਲ ਜਾਵੇਗਾ ਰੋਜ਼ਾਨਾ ਜ਼ਿੰਦਗੀ ਅੰਦਰ ਅਸੀਂ ਜਿੰਨੀਆਂ ਵੀ ਚੀਜ਼ਾਂ ਇਸਤੇਮਾਲ ਕਰਦੇ ਹਾਂ ਉਨਾ ਵਿੱਚੋਂ ਸਭ ਤੋਂ ਅਨ ਹੈਲਦੀ ਹੈ ਵਾਈਟ 슈ਗਰ ਜਾਣੀ ਕਿ ਰਿਫਾਈਨਡ 슈ਗਰ ਸਾਨੂੰ ਆਪਣੀ ਡਾਈਟ ਅੰਦਰ ਰਿਫਾਈਨਡ 슈ਗਰ ਨੂੰ ਪੂਰੀ ਤਰ੍ਹਾਂ ਕੱਢ ਦੇਣਾ ਚਾਹੀਦਾ ਹੈ ਚੀਨੀ ਇੱਕ ਮਿੱਠਾ ਜ਼ਹਿਰ ਹੈ ਇਹ ਐਮਪਟੀ ਕੈਲਰੀਜ਼ ਹੁੰਦੀ ਹੈ ਇਸ ਅੰਦਰ ਨਾ ਤਾਂ ਕੋਈ ਵਿਟਾਮਿਨਸ ਹਨ ਨਾ ਪ੍ਰੋਟੀਨ ਹਨ ਅਤੇ ਨਾ ਹੀ ਆਇਰਨ ਹੈ ਇਸ ਦੇ ਮੁਕਾਬਲੇ ਗੁੜ ਨੂੰ ਅਸੀਂ ਬੈਫਰੀਨ ਕਹਿ ਸਕਦੇ ਹਾਂ ਕਿਉਂਕਿ ਗੁੜ ਦੇ ਅੰਦਰ ਵਿਟਾਮਿਨ ਸੀ ਵਿਟਾਮਿਨ ਬੀ1 ਵਿਟਾਮਿਨ ਬੀ6 ਹੁੰਦਾ ਹੈ ਗੁੜ ਦੇ ਅੰਦਰ ਆਇਰਨ ਹੁੰਦਾ ਹੈ ਜੋ ਅਮੀਨੀਆ ਲਈ ਫਾਇਦੇਮੰਦ ਹੈ ਗੁੜ ਅੰਦਰ ਫਾਈਬਰ ਦੀ ਮਾਤਰਾ ਹੈ ਜੋ ਕਿ ਕਬਜ਼ ਲਈ ਬੇਹੱਦ ਹੀ ਫਾਇਦੇਮੰਦ ਹੈ ਇਸ ਵਿੱਚ ਕੈਲਸ਼ੀਅਮ ম্যাগਨੀਸ਼ੀਅਮ ਵਿਟਾਮਿਨਸ ਸੋਡੀਅਮ ਪੋਟਾਸ਼ੀਅਮ ਸਾਨੂੰ ਮਿਲਦਾ ਹੈ ਗੁੜ ਨਾਲ ਸਾਡੀ ਇਮਿਊਨ ਸਿਸਟਮ ਵੀ ਬੂਸਟ ਹੁੰਦਾ ਹੈ ਇਹ ਇਮਿਊਨਿਟੀ ਸਿਸਟਮ ਨੂੰ ਬੂਸਟ ਕਰਦਾ ਹੈ ਸਹੀ ਰੱਖਦਾ ਹੈ ਇਹ ਲੀਵਰ ਲਈ ਕਿਡਨੀ ਲਈ ਵੀ ਬੇਹੱਦ ਹੀ ਫਾਇਦੇਮੰਦ ਹੈ ਸਾਡੀ ਡਾਈਜੈਸਟਿਵ ਹੈਲਥ ਲਈ ਵੀ ਬਹੁਤ ਹੀ ਵਧੀਆ ਹੈ ਤੁਸੀਂ ਖਾਣੇ ਤੋਂ ਬਾਅਦ ਇੱਕ ਟੁਕੜਾ ਗੁੜ ਖਾ ਸਕਦੇ ਹੋ ਗੁੜ ਦੇ ਅੰਦਰ ਫੋਲੋਨਿਕ ਕੰਪਾਊਂਡ ਹੁੰਦੇ ਹਨ ਇਹ ਸਾਡੀ ਬੋਡੀ ਅੰਦਰ ਸਟ्रेस ਨੂੰ ਘੱਟ ਕਰਦੇ ਹਨ ਇਹ ਸਾਡੀ ਬੋਡੀ ਅੰਦਰ ਟੌਕਸਿਨ ਨੂੰ ਵੀ ਰਿਮੂਵ ਕਰਦੇ ਹਨ ਜੇਕਰ ਅਸੀਂ ਸਨੋ 슈ਗਰ ਨਾਲ ਕੰਪੇਅਰ ਕਰੀਏ ਤਾਂ ਇਹ 슈ਗਰ ਦੇ ਮੁਕਾਬਲੇ ਬੇਹਦੀ ਵਧੀਆ ਹੈ ਗੁੜ ਅਤੇ ਚੀਨੀ ਦਾ ਟੇਸਟ ਵੀ ਸਾਨੂੰ ਸੇਮ ਹੀ ਹੈ ਇਹਨਾਂ ਵਿੱਚ ਕੋਈ ਜ਼ਿਆਦਾ ਫਰਕ ਵੀ ਨਹੀਂ ਹੈ ਇਹ ਸਾਡੇ ਬਲੱਡ ਪ੍ਰੈਸ਼ਰ ਲਈ ਵੀ ਬਹੁਤ ਹੀ ਵਧੀਆ ਹੈ ਇਹ ਬਲੱਡ ਨੂੰ ਪਿਉਰੀਫਾਈ ਵੀ ਕਰਦਾ ਹੈ ਇਹ ਸਾਡੇ ਜੋਇੰਟਸ ਲਈ ਵੀ ਬਹੁਤ ਹੀ ਵਧੀਆ ਹੈ ਸਾਨੂੰ ਪੋਟਾਸ਼ੀਅਮ ਦਿੰਦਾ ਹੈ ਪੋਟਾਸ਼ੀਅਮ ਸਾਡੇ ਹਾਰਟ ਲਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਬੇਹਦੀ ਚੰਗਾ ਮੰਨਿਆ ਜਾਂਦਾ ਹੈ ਜਿੰਨਾ ਵੀ ਹੋ ਸਕਦਾ ਹੈ ਤੁਸੀਂ ਚੀਨੀ ਦੀ ਜਗ੍ਹਾ ਗੁੜ ਦਾ ਇਸਤੇਮਾਲ ਕਰ ਸਕਦੇ ਹੋ ਜੇਕਰ ਅਸੀਂ ਗੱਲ ਕਰੀਏ ਇਹਨਾਂ ਦੋਹਾਂ ਅੰਦਰ ਕੈਲਰੀਜ਼ ਦੀ ਤਾਂ ਇਹਨਾਂ ਦੋਹਾਂ ਅੰਦਰ ਕੈਲਰੀਜ਼ ਸੇਮ ਹਨ ਕੋਈ ਜ਼ਿਆਦਾ ਫਰਕ ਨਹੀਂ ਹਨ ਪਰ ਕਾਰਬਸ ਵਿੱਚ ਇਸ ਦੇ ਅੰਦਰ ਕੰਪਲੈਕਸ ਕਾਰਬ ਹਨ ਗੁੜ ਦੇ ਅੰਦਰ ਜੋ ਕਿ ਵਧੀਆ ਕਾਰਬਸ ਮੰਨੇ ਜਾਂਦੇ ਹਨ ਜੋ ਕਿ ਚੀਨੀ ਦੇ ਅੰਦਰ ਨਹੀਂ ਹਨ ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਚੀਨੀ ਅਤੇ ਗੁੜ ਦੋਵਾਂ ਨੂੰ ਹੀ ਅਵੋਇਡ ਕਰੋ ਆ ਰਕਟੋਲ ਲਈ ਤੁਸੀਂ ਸਟੀਵਿਆ ਮਿੱਠੇ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਸ ਦੇ ਅੰਦਰ ਕੈਲਰੀਜ਼ ਨਹੀਂ ਹੁੰਦੀਆਂ ਗੋੜ ਦਾ ਇੱਕ ਫਾਇਦਾ ਹੋਰ ਵੀ ਹੈ ਕਿ ਇਹ ਚੀਨੀ ਦੀ ਤਰ੍ਹਾਂ ਸਾਡੇ ਸ਼ੂਗਰ ਲੈਵਲ ਨੂੰ ਇੱਕਦਮ ਸਬਾਈਪ ਨਹੀਂ ਹੋਣ ਦਿੰਦਾ ਹਾਈ ਨਹੀਂ ਕਰਦਾ ਉਹ ਲੋਕ ਗੋੜ ਦਾ ਇਸਤੇਮਾਲ ਕਰਦੇ ਹਨ ਉਹਨਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਘੱਟ ਹੁੰਦੀ ਹੈ ਪਰ ਜਿਨ੍ਹਾਂ ਨੂੰ ਸ਼ੂਗਰ ਹੈ ਉਹ ਆਪਣੀ ਡਾਈਟ ਅੰਦਰ ਗੋੜ ਨੂੰ ਸ਼ਾਮਿਲ ਨਾ ਕਰਨ ਅਵੋਇਡ ਕਰਨ ਗੋੜ ਨੂੰ ਵੀ ਅਤੇ ਚੀਨੀ ਨੂੰ ਵੀ ਕਿਉਂਕਿ ਇਹਨਾਂ ਵਿੱਚ ਕੈਲਰੀਜ਼ ਸੇਮ ਹਨ ਨਹੀਂ ਹੈ ਕਿ ਜੇਕਰ ਤੁਸੀਂ ਗੋੜ ਦੀ ਜਾਂ ਚੀਨੀ ਦੀ ਜਗ੍ਹਾ ਗੋੜ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਇਸ ਨੂੰ ਅੰਨੇਬਾਹ ਇਸਤੇਮਾਲ ਕਰੋ। ਚੀਨੀ ਨੂੰ ਰਿਪਲੇਸ ਕਰੋ ਗੋੜ ਨਾਲ ਪਰ ਗੋੜ ਨੂੰ ਵੀ ਤੁਸੀਂ ਆਪਣੀ ਜ਼ਰੂਰਤ ਅਨੁਸਾਰ ਵਰਤੋ ਇਸ ਨੂੰ ਐਕਸਟਰਾ ਕੁਆਨਟੀਟੀ ਦੇ ਵਿੱਚ ਨਾ ਖਾਓ। ਉਮੀਦ ਕਰਦੇ ਹਾਂ ਕਿ ਤੁਸੀਂ ਸਮਝ ਗਏ ਹੋਵੋਗੇ ਕਿ ਚੀਨੀ ਅਤੇ ਗੋੜ ਦੇ ਵਿੱਚੋਂ ਕੀ ਵਧੀਆ ਹੈ। ਜੇਕਰ ਤੁਹਾਨੂੰ ਇਹ ਵੀਡੀਓ ਥੋੜੀ ਜਹੀ ਵੀ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ